ਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਕੇਵਲ ਤੇ ਕੇਵਲ ਨਿਰਭਰ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ। ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੰਦੀ ਸਿੰਘਾਂ ਦੇ ਮਸਲੇ 'ਚ ਬੜਾ ਸਪਸ਼ਟ ਹੈ, ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਕੇਜਰੀਵਾਲ ਨੇ 2017-18 ਤੋਂ ਉਹਨਾਂ ਕੋਲ ਇਹ ਫਾਈਲ ਬਾਰ ਬਾਰ ਪੁੱਟਾ ਪੋਈ ਆ, ਔਰ ਅੱਜ 7ਵੀਂ ਵਾਰੀ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦਾ ਕੇਸ ਰਿਹਾਈ ਦਾ ਰਿਜੈਕਟ ਕਰਤਾ। ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਜਿਹੜੇ ਤੜਫ ਰਹੇ ਨਾ ਸੱਤਾ ਤੋਂ ਬਾਹਰ ਆ ਕੇ, ਇੰਨੇ ਤੜਫੇ ਆ ਕਿ ਹਰ ਰੋਜ਼ ਝੂਠ ਪਰੋਸਦੇ ਆ ਲੋਕਾਂ ਦੇ ਸਾਹਮਣੇ, ਔਰ ਵਿਕਰਮ ਮਜੀਠੀਆ ਦਾ ਤਾਂ ਟਿੱਲ ਤੱਕ ਜ਼ੋਰ ਲੱਗਿਆ ਕਿ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਤਰੀਕੇ ਨਾਲ ਪੰਜਾਬ 'ਚ ਮੈਂ ਅੱਗ ਲਵਾ ਦਾਂ। ਔਰ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਤੇ ਇਹਨਾਂ ਨੇ ਰਾਜਨੀਤੀ ਘਟੀਆ ਰਾਜਨੀਤੀ ਸ਼ੁਰੂਆਤ ਕੀਤੀ ਹੈ, ਉਹਦਾ ਇੱਕ ਨਵਾਂ ਨਮੂਨਾ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ। ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਜੇਲ੍ਹ 'ਚ ਬੰਦ ਨੇ, ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ, ਇਹ ਮੈਡੀਕਲ ਰਿਪੋਰਟਾਂ ਕਹਿੰਦੀਆਂ। ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ NOC ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ। ਦਸੰਬਰ ਦੇ ਮਹੀਨੇ 'ਚ ਜਿਹੜਾ ਇਹਨਾਂ ਦੀ ਰਿਹਾਈ ਵਾਸਤੇ ਬੋਰਡ ਗਠਿਤ ਹੋਇਆ, 7-ਮੈਂਬਰੀ ਬੋਰਡ ਗਠਿਤ ਹੋਇਆ, ਉਸ ਬੋਰਡ 'ਚ ਇੱਕ ਮਿਨਿਸਟਰ ਹੈ ਮਾਣਯੋਗ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਗ ਕੈਲਾਸ਼ ਗਹਿਲੋਤ ਜੀ। ਕੈਲਾਸ਼ ਗਹਿਲੋਤ ਜੀ ਜੇਲ੍ਹ ਮੰਤਰੀ ਹੈ ਦਿੱਲੀ ਸਰਕਾਰ ਔਰ ਇਸ ਬੋਰਡ ਦੇ ਮੈਂਬਰ ਹੈ, ਔਰ ਇਕਲੌਤੇ ਕੈਲਾਸ਼ ਗਹਿਲੋਤ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉਹ 'ਚ ਪੁਰਜ਼ੋਰ ਤਰੀਕੇ ਨਾਲ ਇਹ ਗੱਲ ਰੱਖੀ ਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ। ਔਰ ਉਹਦੇ ਗਰਾਉਂਡ ਹੈ, ਉਹਦੇ 3 ਗਰਾਉਂਡ ਉਹਨਾਂ ਨੇ ਕਿਹਾ। ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਰ, ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ, ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ NOC ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ। ਹੁਣ ਮੈਂ ਤੁਹਾਨੂੰ ਇਹ ਜਿਹੜਾ ਝੂਠ ਪਰੋਸਦੇ ਆ ਵਾਰ ਵਾਰ ਜਿਨ੍ਹਾਂ ਦਾ ਟਿੱਲ ਦਾ ਜ਼ੋਰ ਲੱਗਿਆ, ਖਾਸ ਕਰ ਵਿਕਰਮ ਅਜੀਠੀਏ ਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਸ 10-10-15-15 ਸਾਲ ਸੱਤਾ 'ਚ ਰਹਿ ਕੇ ਕੋਈ ਫੈਕਟ ਵੈਰੀਫਾਈ ਵੀ ਨਹੀਂ ਕਰਦੇ, ਕੋਈ ਪੜ੍ਹਾਈ ਲਿਖਾਈ ਨਹੀਂ ਕਰਦੇ, ਕਿਸ ਕੋਈ ਨਹੀਂ, ਮਤਲਬ ਤੁਸੀਂ ਘੱਟੋ ਘੱਟ ਕਿਸੇ ਇਸ਼ੂ ਬਾਰੇ ਪੂਰੀ ਜਾਣਕਾਰੀ ਤੱਥ ਤੇ ਪਤਾ ਕਰ ਲਓ। ਹੁਣ ਜਿਹੜੀ ਦਸੰਬਰ ਦੇ ਮਹੀਨੇ 'ਚ ਬੋਰਡ ਦੀ ਮੀਟਿੰਗ ਹੋਈ, 7-ਮੈਂਬਰੀ ਬੋਰਡ ਹੈ, ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ, 7-ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟੀਨੈਂਟ ਗਵਰਨਰ ਆਫ ਦਿੱਲੀ। ਲੈਫਟੀਨੈਂਟ ਗਵਰਨਰ ਕੌਣ ਹੈ? ਲੈਫਟੀਨੈਂਟ ਗਵਰਨਰ ਉਹ ਹੈ ਜਿਹੜਾ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਗੀਦਾਰ ਰਹੀ, ਹਿੱਸੇਦਾਰ ਰਹੀ ਭਾਜਪਾ ਦਾ ਨੁਮਾਇੰਦਾ। ਭਾਜਪਾ ਦੇ ਨੁਮਾਇੰਦੇ ਲੈਫਟੀਨੈਂਟ ਗਵਰਨਰ ਨੇ 7-ਮੈਂਬਰੀ ਬੋਰਡ ਬਣਾਇਆ ਹੋਇਆ ਜਿਹਦੇ 'ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ, ਔਰ ਆਹ ਮਿਨਟਸ ਹੈ ਮੇਰੇ ਕੋਲ ਮੀਟਿੰਗ ਦੇ। ਇਕਲੌਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਗ ਕੈਲਾਸ਼ ਗਹਿਲੋਤ ਜੀ ਨੇ ਇਸ ਮੀਟਿੰਗ 'ਚ ਪੁਰਜ਼ੋਰ ਤਰੀਕੇ ਨਾਲ ਇਹ ਮੰਗ ਕੀਤੀ ਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਨੂੰ ਰਿਹਾ ਕੀਤਾ ਜਾਵੇ। ਲੇਕਿਨ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਈਵਾਲ ਭਾਜਪਾ ਦੇ ਜਿਹੜੇ ਨੁਮਾਇੰਦੇ ਆ ਉੱਥੇ, ਜਿਹੜੇ ਅਕਾਲੀ ਦਲ ਲੋਕਾਂ ਦੀਆਂ ਅੱਖਾਂ 'ਚ ਧੂੜ ਪਾਉਣ ਨੂੰ ਤੇ ਜ਼ਰੂਰ ਅੱਡ ਹੋਇਆ, ਅੰਡਰ ਦਾ ਟੇਬਲ ਇਕੱਠੇ ਆ, ਔਰ ਇੰਨੇ ਮਤਲਬ ਤਰਲੋ ਮੱਛੀ ਹੋਏ ਪਏ ਆ ਕਿ ਮੋਦੀ ਸਾਹਿਬ ਅੱਜ ਇਹਨਾਂ ਨੂੰ ਬੁਲਾਉਣਾ ਤੇ ਅੱਜ ਹੀ ਲੰਮੇ ਪੈ ਜਾਣ ਪੈਰਾਂ 'ਚ ਉਹਨਾਂ ਨਾਲ ਫਿਰ ਇਕੱਠੇ ਹੋਣ ਲਈ ਇਲੈਕਸ਼ਨ ਲੜਨ ਲਈ। ਉਸ ਅਕਾਲੀ ਦਲ ਦੀ ਭਾਈਵਾਲ ਭਾਜਪਾ ਜਿਹਦੇ ਪ੍ਰਧਾਨ ਪੰਜਾਬ 'ਚ ਜਾਖੜ ਸਾਹਿਬ ਹੈ, ਉਸ ਭਾਜਪਾ ਦੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ।